अस्सलाम वालेकुम दोस्तों, मैं तुहाडा भरा मियां मोहम्मद अफजल भट्टू ते तुसीं वेखदे पए हो मेरा यूट्यूब चैनल डिजिटल किसान पाकिस्तान। मेरे किसान वीरो, कणक का सीजन शुरू हो चुका है ते पिछे वेखदे पए हो मेरे कोल कैबिन वाला या कोई पुराना ट्रैक्टर है ते जीरो ड्रिल है उसके पिछे। ये पूरी तफसील लैने भी किहड़ा बीज काश्त करते पे ने ते विच की पाते पे ने ते फिर इसकी परफॉर्मेंस भी तुहानू विखाने ते नाल रेट पुछने भी किराए ते किन्ना किराया लैंदे ने फी किले दा। आओ चलिए। तो दोस्तों है जी ट्रैक्टर पहले चेक कर लो, माशाल्लाह ये कोई पुराने जमाने का ही है, 93 मॉडल है। अस्सलाम वालेकुम उस्ताद जी, की हाल है? वालेकुम सलाम। तो भैया ठीक है? ठीक है। कितने दिन हो गए ने सीजन शुरू किए ने? मनु 8 दिन हो गए। 8 दिन हो गए ने। तो कितनी फेर ली है? 17 किले हो गई है टोटल ही। तो की रेट रूट छड्या हुआ है? 2000 किले दा अपड है। हां 2300 है जेड़ा रंबल है। मतलब जेड़े जिंदे च बुचड़ छुचड़ हैगे ने ओ 2300। ते आ जेड़ी सोनी गर्द प्लेन गर्द ए तो बम 500 छड़ देवे आई है। नहीं तेल बड़ा महंगा है। अच्छा तेल बड़ा महंगा है। ते किन्ना को खर्चा करदा पिया किले ते? ए ना इन च मैनु 900 रुपया बचदा पिया इन च। अच्छा 900 बचेगा। 4 लीटर ते पक्का पी जा सीधा? पी जा सीधा। ठीक हो गया। ते एक किला किन्ने टाइम च कर जाना है? ए पाणा घंटा लग जांदा होणा पता ही है। 40 ते 50 मिनट लग जांदे ने। ते ए हुण 20 ਵੱਖ-ਵੱਖ ਪਾਇਆ ਜਾਂ ਇਕੱਠਾ ਪਾਇਆ? ਨਹੀਂ ਰਲਾਤ ਖਾਕ ਦੀ ਰਲਾਤ ਅੱਧਾ ਅੱਗੇ ਅੱਧਾ ਪਿੱਛੇ। ਅੱਛਾ ਇਹ ਮਿਕਸ ਕਰਨ ਦਾ ਕੀ ਫਾਇਦਾ ਹੈ? ਜੇ ਕੋਈ ਨਾਲੇ ਬੰਦ ਹੋ ਵੀ ਜਾਵੇ ਹਾਂ ਤੇ ਨਾਗਾ ਨਹੀਂ ਹੁੰਦਾ। ਨਾਗਾ ਨਹੀਂ ਹੁੰਦਾ? ਨਾਗਾ ਨਹੀਂ ਹੁੰਦਾ। ਠੀਕ ਹੋ ਗਿਆ। ਤੇ ਸਾਡੇ ਨਾਲ ਬਾਈ ਮੇਰਾ ਕਜ਼ਨ ਹੈਗਾ ਨਦੀਮ ਅਸਲਮ, ਉਹਦੇ ਨਾਲ ਗੱਲ ਕਰਨ। ਨਦੀਮ ਬਾਈ ਅਸਲਾਮ ਅਲੈਕੁਮ। ਤੇ ਮਾਸ਼ਾਅੱਲਾ ਆਪਾਂ ਲਗਾਉਂਦੇ ਪਏ ਕਿਹੜਾ ਬੀਜ ਲਗਾ ਰਹੇ ਹਾਂ? ਇਹ ਆਪਾਂ ਜੀ ਅਕਬਰ 19 ਤੇ ਫੈਸਲਾਬਾਦ। ਅੱਛਾ 0 ਮੀਟਰ ਲੈਂਦੇ ਨੇ? ਹਾਂਜੀ। ਬੀਜ ਦਾ ਕੀ ਰੇਟ ਹੈ? ਕਿੰਨੇ ਦਾ ਮਿਲਿਆ ਥੈਲਾ? ਇਹ ਮਿਲਿਆ ਆਪਾਂ ਜੀ 5200 ਰੁਪਏ। 5200 ਰੁਪਏ ਦਾ? ਤੇ ਖਾਦ ਕੀ ਸਭ ਮਿਲੀ ਹੈ? ਖਾਦ ਮਿਲੀ ਹੈ ਜੀ 11400। 11400 ਮਤਲਬ ਖਾਦ ਜੀ ਕੁਝ ਆਪਾਂ ਰਿਲੀਫ ਮਿਲ ਗਿਆ ਹੈ? ਮਿਲ ਗਿਆ। ਠੀਕ ਹੋ ਗਿਆ। ਤੇ ਦੋਸਤੋ ਲੇਕਿਨ ਖਾਦ ਦੀ ਨਾ ਰੰਗਤ ਚੇਂਜ ਹੈ, ਜਿਹੜੀ ਪਹਿਲੇ ਵਾਲੀ ਐਂਗਰੋ ਯੂਰੀਆ ਆ ਰਹੀ ਹੈ ਉਹਦੇ ਤੇ ਇਹਦੇ ਕਲਰ ਦਾ ਫਰਕ ਹੈ। ਕਿਧਰੇ ਬਾਹਰ ਦੇ ਮੁਲਕ ਦੀ ਤਾਂ ਨਹੀਂ ਹੈਗੀ? ਅੱਲਾ ਬਿਹਤਰ ਜਾਣਦਾ ਹੈ। ਉਹ ਮੇਰੇ ਖਿਆਲ ਹੁੰਦਾ ਬੈਗ ਪੈਨ ਉਹਦੇ ਤੁਸੀਂ ਨਜ਼ਰ ਮਾਰੋ। ਚਲੋ ਵੇਖਨੇ ਆ ਜੀ ਮੇਡ ਇਨ ਪਾਕਿਸਤਾਨ ਹੈ ਜਾਂ ਮੇਡ ਇਨ ਫਲਾਂ ਫਲਾਂ ਹੈ। ਨਾਲੇ ਜਿਹੜਾ ਹੈ ਭਾਈ ਨਦੀਮ ਅਸਰਕਟ ਸਾਈਡ ਤੇ ਕਰਿਆ ਤੇ ਹੁਣ ਦੱਸੋ ਭਾਈ ਨਦੀਮ ਇਹ ਡਲ ਮੈਂ ਫੇਰਦਾ ਪਿਆ ਕਿਧਰੇ ਵੇਖ ਲਵੇਂ ਜੀ ਫਿਰੇ ਤੇ ਮੈਂ ਮੇਰੇ ਕੰਨ ਚ ਪਕੜ ਲਵੇਂ। ਠੀਕ ਹੋ ਗਿਆ। ਨਾਲੇ ਚੈੱਕ ਕਰ ਨਾਲੇ ਆਪਾਂ ਲੇਟ ਕਰ ਲੈਣੀ ਹੈ। ਲੇਟ ਕਰਨੀ ਤੇ ਬੰਬ ਕੱਢ ਦੇਣੀ। ਹਾਂ ਲੋਕੀ 10 ਕਿਲੇ ਫੇਰ ਸੀ ਪਾਲਟ ਫੇਰ ਲੈ ਜਾੜੀ ਦੀ। ਸਹੀ ਹੋ ਗਏ। ਇੰਨੇ ਵੀ ਘਟਨਾ ਫੇਰੀ ਕਰ ਤੇ ਬਸ ਇਹ ਜਿਹੜੇ ਨਾਲੀਆਂ ਨਾ ਸਾਰੀਆਂ ਜਮਣੀਆਂ ਚਾਹੀਦੀਆਂ ਨੂੰ। ਇਹ ਨਾ ਹੋਵੇ ਵੀ ਅਸੀਂ ਵੇਖਦੇ ਫਿਰੀਏ ਵੀ ਇੱਥੇ ਫਿਰੀ ਇੱਕ ਨਹੀਂ। ਆ ਚੈੱਕ ਕਰੋ ਜੀ ਦੋਸਤੋ ਖਾਦ ਬਿਲਕੁਲ ਬਰੀਕ ਹੈਗੀ ਹੈ। ਖਾਦ ਡੀਏਪੀ ਜਿਹੜੀ ਪਹਿਲੇ ਹੁੰਦੀ ਉਹ ਥੋੜ੍ਹੀ ਮੋਟੀ ਹੁੰਦੀ ਤੇ ਬਰੀਕ ਹੈ ਇੰਜੀ ਹੈ ਨਾ। ਹਾਂ ਇਹ ਕੋਈ ਮਾਮਲਾ ਹੈ। ਬੈਕ ਸਾਈਡ ਵੀ ਚੈੱਕ ਕਰ ਲਓ ਦੋਸਤੋ। ਹੈਲੋ ਤੇ ਅਭੀ ਵਾਲਾ ਫਿਰ 5200 ਰੁਪਈਆ ਭਰਿਆ ਤੇ ਬੀਜ ਦਾ ਇੰਜ ਲੱਗਦਾ ਜਿਵੇਂ ਨਾ ਸੋਕੇ ਨਾਲ ਮਾਰਿਆ ਹੁੰਦਾ ਹੈ। ਇਹ 0 ਮੀਟਰ ਬੀਜ ਹੈਗਾ ਜੀ ਬਿਲਕੁਲ ਬਰੀਕ। ਹੁਣ ਅੱਲਾ ਹੀ ਵਾਰਸ ਹੈ ਸਾਡਾ 5200 ਵੀ ਭਰ ਦਿੱਤਾ ਹੈ। ਤੇ ਨਾਲ ਮੈਂ ਆਪਣੇ ਵੀਰ ਭਰਾ ਨੂੰ ਦੱਸਦਾ ਚੱਲਾਂ ਜਿਹੜੇ ਬੁਚੜਾਂ 'ਚ ਫਿਰਾਵਣ ਨਾ ਉਹ ਕਮ ਅਜ਼ ਕਮ 2-4 ਫੇਰਾਂ ਤੋਂ ਬਾਅਦ ਇਹ ਪਹੀਆ ਜਿਹੜਾ ਇਹਨੂੰ ਫੇਰ ਕੇ ਇੰਜ ਕਾਟ ਕੇ ਥੱਲੇ ਨਾ ਆਹ ਬੀਜ ਡਿੱਗ ਪਿਆ। ਅਤੇ ਚੈੱਕ ਕਰ ਲਵਾਂ ਵੀ ਖਾਦ ਵੀ ਸਾਰੀਆਂ ਨਾਲੀ 'ਚ ਆਉਂਦਾ ਪਿਆ ਜਾਂ ਨਹੀਂ। ਅਤੇ ਚਲੋ ਜੀ ਉਸਤਾਦ ਜੀ ਚਲਾਓ, ਤੁਹਾਡੀ ਪਰਫਾਰਮੈਂਸ ਵਿਖਾਈਏ ਆਪਣੇ ਦੋਸਤਾਂ ਨੂੰ। 93 ਮਾਡਲ ਅਤੇ ਦੋਸਤੋ ਇਹ 0 ਡਰਿੱਲ ਜੀ ਨਾਲ ਚੈੱਕ ਕਰੋ ਇਸ ਦੀ ਲੱਗ ਗਏ ਇਹ ਪਹਿਲੇ ਰਿਵਾਜ ਹੈਗਾ ਸੀ ਸਾਡੇ ਪਾਸੇ ਜਿਹੜੀ ਹੈਗੀ ਹੈ ਕਣਕ ਅਗਲੇ ਬੋਕਸ 'ਚ ਪਾਈ ਜਾਂਦੀ ਸੀ ਅਤੇ ਖਾਦ ਪਿਛਲੇ ਬੋਕਸ 'ਚ। ਲੇਕਿਨ ਜਿਉਂ ਜਿਉਂ ਡਰਾਈਵਰ ਨੂੰ ਸਮਝ ਆਉਂਦੀ ਗਈ ਉਹਨਾਂ ਫਿਰ ਇਹਨੂੰ ਮਿਕਸ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਅਗਰ ਇੱਕ ਨਾਲੀ ਦੇ ਵਿੱਚ ਬੀ ਵਾਲੀ ਬੰਦ ਹੋ ਜਾਂਦੀ ਹੈ ਤਾਂ ਫਿਰ ਤੋੜ ਕਿੱਲੇ ਦੇ ਵਿੱਚ ਨਾਗਾ ਹੋ ਜਾਂਦਾ ਸੀ ਉਹਦੇ ਵਿੱਚ, ਮਤਲਬ ਵੀ ਬੀਜ ਨਹੀਂ ਉੱਗਦਾ ਸੀ ਤਾਂ ਕਹਿੰਦੇ ਸਨ ਇਹ ਨਾਗਾ ਹੋ ਗਿਆ। ਲੇਕਿਨ ਅਗਰ ਖੁਦਾ ਨਾ ਖਾਸਾ ਹੁਣ ਇੱਕ ਨਾਲੀ ਬੰਦ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਇੱਕ ਫੇਰ ਜਾਂ ਦੂਸਰੇ ਫੇਰ ਜਦੋਂ ਬਹਿ ਕੇ ਵੇਖੇਗਾ ਨਾ ਉਹਨੂੰ ਪਤਾ ਚੱਲ ਜਾਂਦਾ ਵੀ ਬੀਜ ਰੁਕਿਆ ਖੜਾ ਜਾਂ ਦੂਸਰਾ ਚਲਦੀਆਂ ਪਈਆਂ ਨਾਲੀਆਂ। ਅਤੇ ਅਗਰ ਨਾਲੀ ਇਸ ਤਰੀਕੇ ਬੰਦ ਵੀ ਹੋ ਜਾਵੇ ਤਾਂ ਫਿਰ ਵੀ ਬੜੀ ਹੀ ਆਸਾਨੀ ਦੇ ਨਾਲ ਜਨਾਬ ਦੂਸਰਾ ਉੱਗ ਪੈਂਦੇ ਨੇ ਕਿਉਂਕਿ ਨਾਲੀਆਂ ਦੂਜੀ ਸਾਈਡ ਤੋਂ ਨਾ ਚਲਾ ਲੈਣੀਆਂ ਹੁੰਦੀਆਂ ਨੇ ਅਤੇ ਨਾਗਾ ਨਹੀਂ ਹੁੰਦਾ, ਨਾਮੁਮਕਿਨ ਹੈ। ਅਤੇ ਜਿਹੜਾ ਹੈਗਾ ਵੀ ਇਹ 50 ਕਿਲੋ ਵੀ ਪਾ ਜਾਂਦਾ ਪਿਆ ਜੇ ਅਤੇ 60 ਕਿਲੋ ਵੀ। ਚੈੱਕ ਕਰੋ ਜੀ
ਕਲਰ ਜ਼ਿਆਦਾ 99 ਮਾਡਲ ਸਹੀਵਾਲ ਦਾ ਨੰਬਰ ਲੱਗਾ ਹੈ ਤੇ ਕਮਾਲ ਦੀ ਪਰਫਾਰਮੈਂਸ ਰੂਸੀ ਨਵਾਂ ਹੋਵੇ ਪੁਰਾਣਾ ਹੋਵੇ ਰੂਸੀ ਰੂਸੀ ਹੈ ਤੇ ਪਹਿਲੇ ਦੋਸਤੋ ਦੌਰ ਲਗਾਈ ਸੀ ਡਿਸਕਾਂ ਦੀ ਡਿਸਕਾਂ ਤੋਂ ਬਾਅਦ ਜਨਾਬ ਇਹ ਕੱਲ ਫੇਰਾ ਹੈ ਤਾਂ ਕਿ ਚਾਰੋਂ ਤਰਫ ਨਾ ਫੇਰਾ ਵੱਜ ਜਾਵੇ ਅਤੇ ਉਸ ਤੋਂ ਬਾਅਦ ਕੰਪਿਊਟਰ ਕਰਾ ਕੇ ਅਤੇ ਹਾਲੇ ਦੂਸਰਾ ਨਾਲ ਡਰਿੱਲ ਹੁੰਦੀ ਪਈ ਜੀ ਜ਼ੀਰੋ ਅਤੇ ਜਿਹੜੇ ਦੋਸਤ ਉਸ ਜਿਸ ਤਰੀਕੇ ਸਾਹਮਣੇ ਬੁੱਚੜ ਨਜ਼ਰ ਆਉਂਦੇ ਪਏ ਬੁੱਚੜਾਂ 'ਚ ਫੇਰਦੇ ਨੇ ਕੋਸ਼ਿਸ਼ ਕਰੋ ਉਹਨੂੰ ਪਰਾਲੀ ਜਿਹੜੀ ਵਿੱਚ ਪਈ ਹੁੰਦੀ ਉਹਨੂੰ ਕੱਢ ਲਓ ਜਾਂ ਫਿਰ ਖਾਲੀ ਬੀ ਤੋਂ ਬੀ ਵਿੱਚ ਨਾ ਪਾਓ ਤਾਂ ਡਰਿੱਲ ਖਾਲੀ ਖਿੱਚੋ ਜਿੱਥੇ ਜਿੱਥੇ ਮਤਲਬ ਵੀ ਪਰਾਲੀ ਹੋਵੇਗੀ ਇਕੱਠੀ ਕਰ ਦੇਵੇਗੀ ਅਤੇ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਦੋਸਤ ਨੂੰ ਜਾਂ ਖੁਦ ਤੁਸੀਂ ਉਸ ਪਰਾਲੀ ਚੁੱਕ ਕੇ ਬਾਹਰ ਕਰ ਦਿਓ ਅਤੇ ਫਿਰ ਡਰਿੱਲ ਫੇਰੋ ਅਤੇ ਜੇਕਰ ਤੁਸੀਂ ਕਹਿੰਦੇ ਵੀ ਮਜਬੂਰੀ ਹੈ ਡਰਾਈਵਰ ਨਹੀਂ ਮੰਨਦਾ ਕੰਮ ਕਿਰਾਏ ਦਾ ਦੋਹਰਾ ਪੈਸੇ ਨਹੀਂ ਭਰ ਸਕਦੇ ਹਾਂ ਤਾਂ ਫਿਰ ਜਦੋਂ ਜਿਸ ਤਰੀਕੇ ਉਹਨੇ ਡਰਾਈਵਰ ਜਿਹੜਾ ਫੇਰਦਾ ਪਿਆ ਅਤੇ ਸੈਂਟਰ 'ਚ ਦੋ ਜਗ੍ਹਾ 'ਤੇ ਮਤਲਬ ਵੀ ਇਹਨੇ ਲਾਈਨ ਬਣਾ ਦਾ ਜਾਵੇ ਇੱਕ ਜਗ੍ਹਾ 'ਤੇ ਉਹ ਪਰਾਲੀ 'ਚ ਰੱਖਦਾ ਜਾਵੇ ਫਿਰ ਅੱਗੋਂ ਚਲਾ ਦੇਵੇ ਅਗਲੀ ਜਗ੍ਹਾ 'ਤੇ ਰੱਖੇ ਅਤੇ ਫਿਰ ਆਖਰ 'ਤੇ ਇੱਕ ਲੰਮਾ ਫੇਰਾ ਮਾਰ ਦੇਵੇ ਅਤੇ ਇਨ ਸ਼ਾ ਅੱਲਾਹ ਤਾਲਾ ਸਾਰਾ ਮਾਮਲਾ ਜਿਹੜਾ ਨਾ ਸਿੱਧਾ ਹੋਵੇਗਾ ਅਤੇ ਨਾ ਗੇਸ਼ਾ ਦੇ ਨਹੀਂ ਹੋਣਗੇ ਅਤੇ ਜੇ ਅਗਰ ਪਰਾਲੀ 'ਚ ਕਣਕ ਨੂੰ ਤੁਸੀਂ ਫੇਰੋਗੇ ਤਾਂ ਫਿਰ ਕਿਧਰੇ ਪਰਾਲੀ ਪਈ ਹੋਵੇਗੀ ਕਿਧਰੇ ਉਗਰੇਗੀ ਕਿਧਰੇ ਨਹੀਂ ਉਗਰਨੀ ਉਹ ਫਿਰ ਕੰਮ ਨਹੀਂ ਕੀਤਾ ਅਤੇ ਕਿਸਾਨ ਜਿਹੜੇ ਨੇ ਜਦੋਂ ਫਸਲ ਲਗਾਉਂਦੇ ਨੇ ਉਦੋਂ ਬੜੇ ਖੁਸ਼ ਹੁੰਦੇ ਨੇ ਅਤੇ ਜਦੋਂ ਅਸੀਂ ਇਹ ਚਾਹ ਨੇ ਉਦੋਂ ਖੁਸ਼ ਹੁੰਦੇ ਹਾਂ ਅਤੇ ਜਿਹੜਾ ਦਰਮਿਆਨ ਵਾਲਾ ਸਿਲਸਿਲਾ ਹੁੰਦਾ ਇਹਦੀ ਪਕਾਉਣ ਵਾਲਾ ਤਾਂ ਜਦੋਂ ਅਸੀਂ ਲਾਈਨਾਂ 'ਚ ਲੱਗਣੇ ਹੈ ਫਿਰ ਸਾਨੂੰ ਪ੍ਰੋਬਲਮ ਆਉਂਦੀ ਹੈ ਜਦੋਂ ਯੂਰੀਆ ਗਾਇਬ ਹੋ ਜਾਂਦੀ ਮਾਰਕੀਟ ਵਿੱਚੋਂ ਅਤੇ ਉਹਦਾ ਅਸਰ ਜਨਾਬ ਇਹਨਾਂ ਸਾਰੀਆਂ ਚੀਜ਼ਾਂ 'ਤੇ ਹੀ ਪਵੇਗਾ ਅਤੇ ਦੋਸਤੋ ਕੋਸ਼ਿਸ਼ ਕਰੋ ਕਣਕ ਜਿਹੜੀ ਹੈ ਨਾ ਪੂਰੇ ਟਾਈਮ ਦੀ ਲਗਾਓ ਪਛੇਤਰੀ ਕਣਕ ਦਾ ਫਾਇਦਾ ਕੋਈ ਨਹੀਂ ਜੇ ਕਿਉਂਕਿ ਜਿੰਨੀ ਪਛੇਤਰੀ ਲਗਾਓਗੇ ਫਿਰ ਜਨਾਬ ਉਹ ਉਨਾ ਹੀ ਝਾੜ ਘੱਟ ਹੋਵੇਗਾ ਅਤੇ ਜੇ ਅਗਰ ਪੂਰੇ ਟਾਈਮ 'ਤੇ ਦੂਸਰਾ ਲੱਗੀ ਹੋਵੇਗੀ ਕਣਕ ਤਾਂ ਝਾੜ ਵੀ ਵੱਧ ਹੋਵੇਗਾ ਕਿਉਂਕਿ ਠੇਕੇ ਜ਼ਮੀਨਾਂ ਦੇ ਕਾਫੀ ਹੋ ਚੁੱਕੇ ਹੈਗੇ ਨੇ ਅਤੇ ਖਰਚੇ ਵੀ ਵੱਧ ਗਏ ਹੈਗੇ ਨੇ ਅਤੇ ਬਿਹਤਰ ਹੈ ਵੀ ਤੁਸੀਂ ਜਨਾਬ ਫੁੱਲ ਕੋਸ਼ਿਸ਼ ਕਰੋ ਅਗਰ ਜਿਵੇਂ ਜਿਵੇਂ ਜ਼ਮੀਨ ਖਾਲੀ ਹੁੰਦੀ ਜਾਵੇ ਅਤੇ ਕਣਕ ਦੀ ਜਿਹੜੀ ਬਿਜਾਈ ਉਹਨੂੰ ਮੁਕੰਮਲ ਕਰੋ ਤਾਂ ਕਿ ਸਾਡਾ ਮੁਲਕ ਜਿਹੜਾ ਹੈ ਪਾਕਿਸਤਾਨ ਖੁਰਾਕ ਦੇ ਮਾਮਲੇ 'ਚ ਖੁਦ ਕਫੀਲ ਹੋਵੇ ਬਜਾਏ ਇਸ ਦੇ ਵੀ ਜਿਸ ਤਰੀਕੇ ਸੋਸ਼ਲ ਮੀਡੀਆ 'ਤੇ ਚੱਲੀ ਖੜੀ ਖਬਰ ਵੀ ਟੈਂਡਰ 'ਚ ਆਉਂਦੇ ਪਏ ਨੇ ਬਾਹਰੋਂ ਜਨਾਬ ਅਸੀਂ ਲੈਂਦੇ ਪਏ ਇੰਪੋਰਟ ਕਰਦੇ ਪਏ ਹਾਂ ਕਣਕ ਸਾਨੂੰ ਲੋੜ ਪੈ ਗਈ ਹੈ ਸਾਡੇ ਕੋਲ ਜਨਾਬ ਹੁਣ ਕਣਕ ਕੋਈ ਨਹੀਂ ਅਤੇ ਵੈਸੇ ਸ਼ਰਮਿੰਦਗੀ ਹੈ ਹਕੂਮਤ ਵਾਸਤੇ ਵੀ ਆਪਣੇ ਕਿਸਾਨਾਂ ਨੂੰ ਅਗਰ ਤੁਸੀਂ ਰਿਲੀਫ ਦਿਓ ਕਿਸਾਨਾਂ ਨੂੰ ਸਬਸਿਡੀਆਂ ਦਿਓ ਬਜਾਏ ਇਸਦੇ ਦਿਓ ਸਬਸਿਡੀਆਂ ਜਿਸ ਤਰੀਕੇ 1000 ਰੁਪਈਆ ਟੋਕਨ ਵਾਲਾ ਡਰਾਮਾ ਹੈਗਾ ਉਹ ਜਦੋਂ ਖੋਲ੍ਹਦੇ ਹੈ ਉਹ ਵਿੱਚੋਂ ਗਾਇਬ ਹੋ ਜਾਂਦਾ ਹੈ ਅਗਰ ਟੋਕਨ ਕਲੀਅਰ ਵੀ ਹੋ ਜਾਂਦਾ ਤਾਂ ਉਹਨੂੰ ਅਗਰ ਭੇਜਣੇ ਹੈ ਤਾਂ ਪੈਸੇ ਅੱਗੋਂ ਨਹੀਂ ਮਿਲਦੇ ਕਹਿੰਦੇ ਹੁਣ ਸਕੀਮ ਬੰਦ ਹੋ ਗਈ ਹੈ ਲੇਕਿਨ ਕਿਸਾਨਾਂ ਦੀ ਜੇਬ 'ਤੇ ਡਾਕਾ ਹੈ ਕਿਉਂਕਿ ਕਿਸਾਨ ਉਹ 1000 ਰੁਪਈਆ ਜਿਹੜਾ ਗੌਰਮੈਂਟ ਸਬਸਿਡੀ ਦੇਣੀ ਹੁੰਦੀ ਉਹ ਉਹਨਾਂ ਨੂੰ ਦੇ ਕੇ ਆ ਖੜਾ ਹੁੰਦਾ ਨਕਦ ਪੇ ਕਰਕੇ ਆਉਂਦਾ ਹੈ ਅਤੇ ਅਫਸੋਸ ਕੋਈ ਵੀ ਜਿਹੜਾ ਹੈ ਨਾ ਕਿਸਾਨ ਦੀ ਆਵਾਜ਼ ਉਠਾਉਣ ਵਾਸਤੇ ਤਿਆਰ ਨਹੀਂ ਹੈਗਾ ਅਤੇ ਜਿੰਨੀ ਦੇਰ ਕਿਸਾਨ ਤਕੜੇ ਨਾ ਹੋਏ ਉਨੀ ਦੇਰ ਜਨਾਬ ਮੁਲਕ ਨਹੀਂ ਤਕੜਾ ਹੋ ਸਕਦਾ ਕਿਉਂਕਿ ਕਿਸਾਨ ਜਿਹੜੇ ਹੈਗੇ ਨੇ ਜ਼ਰਾਤ ਇਹ ਜਨਾਬ ਨਾ ਮਾਇਸ਼ਤ ਦੀ ਰੀੜ੍ਹ ਦੀ ਹੱਡੀ ਹੈ ਤਾਂ ਲੱਗਦਾ ਵੀ ਰੀੜ੍ਹ ਦੀ ਹੱਡੀ ਨੂੰ ਹਕੂਮਤਾਂ ਤੋੜਨ ਲੱਗੀਆਂ ਹੋਈਆਂ ਨੇ ਅਤੇ ਹੁਣ ਮੈਂ ਆਪਣੇ ਵੀਰ ਭਰਾਵਾਂ ਤੋਂ ਲੈਣਾ ਇਜਾਜ਼ਤ ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।